ਦੇਖੋ ਮੈਂ ਸੱਚੋ ਠੂਰ ਦਾ ਨਾਂ ਸੀਗਾ ਵਿਸਾਖੀ ਦਾ ਦਿਨ ਸੀ ਮੈਂ ਦਿਆਣਾ ਸਾਹਿਬ ਜਿਹੜਾ ਬਹੁਤ ਵਿਸਾਖੀ ਭਰਤੀ ਹੈ ਮੈਂ ਸਵੇਰ 9 ਵਜੇ ਗੁਰੂ ਘਰ ਪਹੁੰਚ ਗਿਆ ਫੋਰਸ ਲੈ ਕੇ 10:30 ਵਜੇ ਉੱਥੇ ਰੌਲਾ ਪਿਆ ਇੱਕ ਅਜਾਇਬ ਘਰ ਆ ਉੱਥੇ ਅੰਦਰ ਅਜਾਇਬ ਘਰ 'ਚ ਲੇਡੀਜ਼ ਇੱਕ ਕਹੇ ਮੇਰੀ ਚੈਨ ਟੁੱਟ ਗਈ ਦੂਜੀ ਕਹੇ ਮੇਰੀ ਟੁੱਟ ਗਈ ਮੈਂ ਉੱਥੇ ਮੌਜੂਦ ਸੀਗਾ ਰੌਲਾ ਪੈ ਗਿਆ ਚੈਨਾਂ ਟੁੱਟ ਗਿਆ ਜੀ ਚੈਨਾਂ ਟੁੱਟ ਗਿਆ ਮੈਂ ਜਿੰਨੀ ਕੁ ਪਬਲਿਕ ਉੱਥੇ ਤਕਰੀਬਨ ਸਾਰੇ ਮੈਂ ਕਿਹਾ ਕੋਈ ਬਾਹਰ ਨਾ ਨਿਕਲ ਅਜਾਇਬ ਘਰ ਦੇ ਅੰਦਰ ਹੀ ਰਹਿਣਗੇ ਉਹਦੇ ਵਿੱਚ ਜਦੋਂ ਇੱਕ ਬਾਹਰ ਅੰਬੈਸਡਰ ਕਾਰ ਖੜ੍ਹੀ ਸੀ ਉਹਦੀ ਸੀਟ ਕਵਰ 'ਤੇ ਚਿੱਟੇ ਕਵਰ ਚੜ੍ਹਾਏ ਹੋਏ ਸੀ ਉਹ ਪਤਾ ਲੱਗਿਆ ਵੀ ਸੈਂਸਰਾਂ ਜਿਹੜੀਆਂ ਬਰਨਾਲੇ ਦੀਆਂ ਉਹ ਆਈਆਂ ਹੋਈਆਂ ਇੱਥੇ ਆਹ ਗੱਡੀ ਖੜ੍ਹੀ ਹੈ ਅਤੇ ਉਹ ਇਹ ਚੈਨਾਂ ਤੋੜਨ ਦਾ ਕੰਮ ਕਰਦੀਆਂ ਅਸੀਂ ਘੇਰਾ ਪਾ ਕੇ ਗੱਡੀ ਵੀ ਫੜ ਲਈ ਸੈਂਸਰਾਂ ਵੀ ਫੜ ਲਈਆਂ ਉਹਨਾਂ ਨੂੰ ਲੈ ਗਏ ਅਸੀਂ ਥਾਣੇ ਥਾਣੇ ਲਿਜਾ ਕੇ ਸਾਰੀ ਪੁੱਛਗਿੱਛ ਕੀਤੀ ਉਹ ਇੱਕ ਗੱਲ 'ਤੇ ਅੜੀਆਂ ਕਹਿੰਦੀ ਸਰਦਾਰ ਜੀ ਮੇਰੀ ਸੁਣੋ ਗੱਲ ਵੀ ਨਾ ਤਾਂ ਅਸੀਂ ਮਾਲ ਦਈਏ ਜਿਹੜੀਆਂ ਟੁੱਟੀਆਂ ਚੈਨਾਂ ਅਤੇ ਨਾ ਅਸੀਂ ਦੱਸੀਏ ਸੁਨਿਆਰਾ ਵੀ ਅਸੀਂ ਵੇਚਦੇ ਕਿਹਨੂੰ ਆ ਬਾਕੀ ਤੁਸੀਂ ਜੋ ਲੈਣਾ ਉਹ ਗੱਲ ਕਰੋ ਮੈਂ ਕਿਹਾ ਗੁਰੂ ਘਰ ਦੇ ਵਿੱਚੋਂ ਚੈਨਾਂ ਗਈਆਂ ਗੁਰੂ ਦਾ ਮਾਲ ਗਿਆ ਇਹ ਤੁਹਾਨੂੰ ਚੈਨਾਂ ਵੀ ਦੇਣੀਆਂ ਪੈਣਗੀਆਂ ਸੁਨਿਆਰਾ ਵੀ ਦੱਸਣਾ ਪਏਗਾ ਬਹੁਤ ਤਸ਼ੱਦਦ ਰਾਤ ਨੂੰ ਉੱਥੇ ਚੱਲਿਆ ਉਹਨਾਂ ਦੀ ਕੀ ਮੋਡਸ ਪਰੈਂਡੀ ਕੀ ਸੀਗੀ ਚੈਨ ਤੋੜਦੀ ਸੀਗੀ ਤੋੜ ਕੇ ਨਾਲ ਦੀ ਨਹੀਂ ਫੜਾਈ ਨਾਲ ਦੀ ਨਹੀਂ ਨਾਲ ਦੀ ਨਹੀਂ ਅਤੇ ਉਹ ਖਾ ਜਾਂਦੀ ਸੀ ਇਹਨੂੰ ਆਪਣੇ ਅੰਦਰ ਨਿਘਾਰ ਜਾਂਦੇ ਨਿਘਾਰ ਕੇ ਸਵੇਰੇ ਜਦੋਂ ਟੋਇਲਟ ਟੋਲ ਜਾਂਦੇ ਤਾਂ ਉਦੋਂ ਉਹ ਡੱਕੇ ਨਾਲ ਪਾਸੇ ਕਰਦੇ ਰਾਤ ਥਾਣੇ 'ਚ ਰੱਖਿਆ ਉਹਨਾਂ ਨੂੰ 3 ਚੈਨਾਂ ਤਾਂ ਜਿਹੜੀਆਂ ਉਹ ਲੱਭ ਗਈਆਂ ਫਿਰ ਉਹਨਾਂ ਤੋਂ ਪੁੱਛਿਆ ਸੁਨਿਆਰਾ ਟੋਟਲ 30 ਤੋਲੇ ਸੋਨਾ ਜਿਹੜਾ ਉਹ ਅਸੀਂ ਬਰਾਮਦ ਕੀਤਾ ਬਰਾਮਦ ਕਰਕੇ ਉਹਦੀਆਂ ਕੁਛ ਤਾਂ ਚੈਨੀਆਂ ਬਣਾਈਆਂ ਕੁਛ ਬਣੀਆਂ ਵਾਲੀਆਂ ਉੱਥੇ ਇੱਕ ਫੰਕਸ਼ਨ ਰੱਖਿਆ ਗਿਆ ਉਹਨੂੰ ਅਨਾਊਂਸ ਕਰਤਾ ਆਈ ਜੀ ਬੈਂਸ ਸਾਹਿਬ ਹੁੰਦੇ ਸੀ ਬੈਂਸ ਸਾਹਿਬ ਨੂੰ ਸੱਦਿਆ ਉਹਨਾਂ ਦੇ ਨਾਲ 2 DIG SSP ਹਰਿੰਦਰ ਚਹਿਲ ਉਹਨਾਂ ਨੂੰ ਕਹਿਤਾ ਵੀ ਜਿਹੜਾ ਗੁਰੂ ਘਰਾਂ ਨੂੰ ਹੱਥ ਚੱਕ ਕੇ ਸਹੁੰ ਕਰਕੇ ਕਹਿ ਦੇਗਾ ਮਿਲੀ ਟੁੱਟੀ ਹੈ ਉਹਨੂੰ ਉੱਥੇ ਹੀ ਵਾਲੀ ਕਹੇਗਾ ਵਾਲੀ ਚੈਨ ਕਹੇਗਾ ਚੈਨ ਉਹ ਇੱਕ ਫੰਕਸ਼ਨ ਰੱਖ ਕੇ ਉੱਥੇ ਉਹ ਬਰਾਮਦ ਕਰਕੇ ਉਹਨਾਂ ਨੂੰ ਵੰਡਿਆ ਗਿਆ ਇਸ ਤਰ੍ਹਾਂ ਉਹ ਜਿਹੜੀ ਮੁੜ ਕੇ ਚੈਨ ਸਨੈਚਿੰਗ ਗੁਰੂ ਘਰ ਹੁੰਦੀ ਸੀਗੀ ਉਹ ਫੜੇ ਜਾਣ ਤੋਂ ਬਾਅਦ ਮੁੜ ਕੇ ਹੁਣ ਮੈਨੂੰ ਤਾਂ ਉੱਥੋਂ ਬਦਲੇ ਨੂੰ ਬਹੁਤ ਚਿਰ ਹੋ ਗਿਆ ਖੈਰ ਮੈਨੂੰ ਪਤਾ ਨਹੀਂ ਪਰ ਮੈਂ ਜਿੰਨੀ ਕੁ ਦੇਰ ਰਿਹਾ ਉੱਥੇ 1994 ਤੱਕ ਉਦੋਂ ਤੱਕ ਕੋਈ ਇਹੀ ਜਿਹੀ ਉੱਥੇ ਵਾਰਦਾਤ ਹੋਈ ਨਹੀਂ ਸੀ ਦੇਖੋ ਇਹ ਉੱਥੇ ਇੱਕ DSP ਸੀਗਾ ਉਹ DSP ਨੂੰ ਇਹ ਜਦੋਂ ਵਾਰਦਾਤ ਕਰਦੀਆਂ ਸੀ ਉਹਨੂੰ ਪੈਸੇ ਪੂਸੇ ਦੇ ਆਉਂਦੀਆਂ ਸੀ ਉਹਦੀ ਮਿਲੀ ਭੁਗਤ DSP ਦੀ ਨਾਂ ਸੀਗੀ ਬਟ ਨਾਂ ਦਾ ਉਹਨੂੰ ਕਿਸੇ ਨੇ ਛੇੜਿਆ ਨਾ ਸੀ ਕਾਗਜ਼ ਪੱਤੀ ਲਿਖਤੀ ਭਰਤੀ ਗੱਲ ਲਿਆਉਂਦੀ ਉਹ ਗੱਲ ਜਿਹੜੀ ਉੱਥੇ ਦੀ ਉੱਥੇ ਛੱਡਤੀ